असंख मूरख अंधकोर असंख चोर हरा
असंख अमर कर जाए जोर असंख गल वडात्या कमाए असंख पापी पाप कर जाए असंख कूड़े आर कूड़े पेराए असंख मलेश मल पक काए असंख निंदक सिर करे पार नानक नीच काए विचार वार न जावा एक वार जो तद पावे साए पलीकार तू सदा सलामत निरंकार असंख नाव असंख ताव अगम अगम असंख लो असंख कह सिर पार होए अखरी नाम अखरी साला अखरी ज्ञान गीत गुणगा अखरी लेखन बोलन बाण अखरा सिर संयोग वखाण जिन लिख ते सिर नाए जे फरमाए तिव ते पाए जेता कीता तेता नाओ वेना वेना इको ताओ कुदरत कवन कहा विचार वार जावा एक वार जो तद भावे साए भलीकार तू सदा सलामत निरंकार भरी है हथ पैर तन दे पानी धोत उतरस के मुखलिति कपड़ोए दे साबुन लया धोए भरिया मत पापा कै संग तो पहनावे कै रंग पुन्नी पापी आकन नाए कर कर करना लिख ले जाओ की है
ਪਿੰਡ ਕੋਠਿਆਂ ਵਿੱਚ ਨਜ਼ਾਰੇ ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿੱਚ ਚਰਨਾਂ ਦੇ ਸੁੱਖ I'm
Thank you.
ਸੁਰਤ ਦੋਇ ਤਾਈ ਦਾਇਆ ਖੇਲੇ ਸਗਲ ਜਗਤ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ
ਸ੍ਰੀ ਵਾਹਿਗੁਰੂ ਜੀ। 10 ਪਾਤਸ਼ਾਹੀਆਂ, 4 ਸਹਿਬਜ਼ਾਦੇ, 5 ਪਿਆਰੇ, 40 ਅੰਤੇ, ਸਮੂਹ ਸੰਤਾਂ, ਸਮੂਹ ਸ਼ਹੀਦਾਂ, ਹਠੀਆਂ, ਜੰਮੀਆਂ, ਸਤੀਆਂ, ਸਮੂਹ ਸਿੱਧ ਵਾਲਾ, ਸਮੂਹ ਸ਼ਹੀਦਾਂ ਸਿੰਘਾਂ ਪਿਆਰਿਆ, ਸਮੂਹ ਮਹਾਂਪੁਰਖਾਂ ਦੀਆਂ ਕਮਾਈਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ। ਸ੍ਰੀ ਵਾਹਿਗੁਰੂ ਜੀ, ਸ੍ਰੀ ਵਾਹਿਗੁਰੂ ਜੀ, ਸ੍ਰੀ ਵਾਹਿਗੁਰੂ ਜੀ। ਸੱਚਖੰਡ ਸ੍ਰੀ ਨਨਕਾਣਾ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਜੂਰ ਸਾਹਿਬ ਅਤੇ ਸਮੂਹ ਗੁਰਦਸਤਾ, ਸਮੂਹ ਗੁਰਦੁਆਰਿਆਂ, ਝੰਡਿਆਂ, ਬੁੰਗਿਆਂ, ਨਿਸ਼ਾਨਾ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ। ਸ੍ਰੀ ਵਾਹਿਗੁਰੂ ਜੀ, ਸ੍ਰੀ ਵਾਹਿਗੁਰੂ ਜੀ, ਸ੍ਰੀ ਵਾਹਿਗੁਰੂ ਜੀ। ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ, ਦਾਸਾਂ ਦੇ ਸਿਰ ਦੇ ਹੱਥ ਰੱਖੋ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਓ, ਨਾਮਦਾਨ, ਗਰੀਬੀ ਦਾਨ, ਸਿੱਖੀ ਦਾਨ, ਸੰਗਤ ਦਾਨ, ਭਰੋਸਾ ਦਾਨ, ਸ਼ਾਂਤੀ ਬਖਸ਼ੋ ਜੀ। ਆਪ ਜੀ ਦੇ ਚਰਨਾਂ ਕਮਲਾਂ ਨਾਲ ਬਣੇ ਆਵੇ, ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ, ਪ੍ਰੇਮਾ ਭਗਤੀ ਬਖਸ਼ੋ, ਸਿਰ ਦੇ ਹੱਥ ਰੱਖੋ, ਕਲਯੁਗ ਨੂੰ ਦੂਰ ਕਰੋ, ਦਾਸਾਂ ਦੇ ਹਿਰਦਿਆਂ ਦੇ ਵਸੋ, ਚਰਨਾਂ ਵਿੱਚ ਮੇਲ ਲੋ, ਟੁੱਟੀ ਗੰਢੋ ਜੀ ਮਿਹਰਬਾਨ ਜੀ। ਜੋ ਭਾਵੇ ਸੋ ਕੰਮ ਕਰਾਈ ਮਿਹਰਬਾਨਾ, ਜੋ ਨਾ ਕਰਾਈ ਸੋ ਨਾ, ਜੋ ਭਾਵੇ ਸੋ ਨਾ ਕਰਾਈ, ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈ, ਜੋ ਨਾ ਭਾਵੇ ਸੋ ਨਾ ਦੇਈ, ਜਿੱਥੇ ਭਾਵੇ ਤਿੱਥੇ ਰੱਖ ਲਾ ਮਿਹਰਬਾਨ, ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ, ਜਿੱਥੇ ਵੀ ਰੱਖੀ ਆਪ ਜੀ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਰੱਖੀ, ਅਖੰਡ ਭਜਨ ਬਖਸ਼ੀ, ਦਰਗਾਹ ਦੇ ਬਖਸ਼ਾਂ, ਸਾਜਿਆਂ, ਨਵਾਜਿਆਂ, ਗੁਰਮੁਖਾਂ, ਪਿਆਰਿਆਂ, ਮਹਾਂਪੁਰਖਾਂ ਦੇ ਮੇਲੇ ਬਖਸ਼ੀ, ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਦਕ ਦੀ ਪ੍ਰਾਪਤੀ ਹੋ ਗਈ, ਧੁਰ ਦਰਗਾਹ ਦੀ ਸਮਤ ਮਿਲੇ, ਆਪਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਸਾਖਤ ਪੁਰਸ਼ ਦੀ ਸੰਗਤ ਨਾ ਦੇਈ ਜੀ, ਜਿਹਦੇ ਮੇਲੇ ਕਰਕੇ ਤੁਸੀਂ ਵਿਸਰ ਜਾਓ, ਦਰਗਾਹ ਦੇ ਧੱਕੇ ਦਾ ਮੇਲਾ ਨਾ ਦੇਈ ਜੀ ਮਿਹਰਬਾਨ ਜੀ। ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰਾ ਤੇਰੇ ਉਵਾਰ, ਅਸੀਂ ਕਟੇ ਬਹੁਤ ਗੁਲਾਮ ਦੇ ਅੰਤਰ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੜ ਮਹਿਵਾਰ, ਲਿਖਾ ਕਟਣਾ ਛੁੱਟੀਆ ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਔਖੀ ਘੜੀਆਂ ਦੇਖਣ ਦੇ ਕੂੜੋ ਗੁਣ ਭਰੇ ਪੀ ਤੇਰੇ ਵਾਹਿਗੁਰੂ ਨਿਰੰਕਾਰ, ਜੋ ਕੀਤਾ ਸੁਭਾਵਾ ਜੋ ਕਰੋਂਗੇ ਸੋ ਜੀਵਾ ਹਵਾ, ਜੋ ਇਸ ਵੇਲੇ ਹਾਜ਼ਰ ਨਾਜ਼ਰ ਪ੍ਰਤੱਖ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਬਾਬਾ ਜੀ ਕਰ ਕਰਾ ਰਹੇ ਹੋ, ਸੋ ਵੀ ਵਾਹ 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 ਵਾਹੀ ਵਾਹਿਗੁਰੂ ਨਿਰੰਕਾਰ, ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ, ਪਾਰ ਬ੍ਰਹਮ ਪਰਮੇਸ਼ਰ ਸਰੂਪ, ਧੰਨ 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 ਬਾਬਾ ਮਹਾਰਨਾਮ ਸਿੰਘ ਜੀ, ਧੰਨ 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 ਬਾਬਾ ਆਨੰਦ ਸਿੰਘ ਜੀ, ਧੰਨ 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 ਬਾਬਾ ਈਸ਼ਰ ਸਿੰਘ ਜੀ, ਧੰਨ 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 ਬਾਬਾ ਕੁੰਦਰ ਸਿੰਘ ਜੀ, ਪਿਆਰੇ ਬਾਬਾ ਜੀ, ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਦਾ ਸੇਵਕ ਸੰਗੀ ਪਰਿਵਾਰ, ਆਪ ਜੀ ਦੀਆਂ ਰਹਿਮਤਾਂ ਦੇ ਸਦਕਾ, ਆਪ ਜੀ ਦੇ ਦਰੋਂ ਘਰੋਂ ਮਿਲੀ ਸਮਤ ਦੇ ਅਨੁਸਾਰ ਸੱਚਖੰਡ ਵਾਸੀ ਬਾਪੂ ਲੱਦਾ ਸਿੰਘ ਜੀ ਅਤੇ ਮਾਤਾ ਸੰਤ ਕੌਰ ਜੀ ਅਤੇ ਸਮੂਹ ਟੱਕਰ ਪਰਿਵਾਰ, ਸੱਚਖੰਡ ਵਾਸੀ ਗਿਆਨੀ ਦਲੀਪ ਸਿੰਘ ਜੀ, ਮਾਤਾ ਵਰਿੰਦਰ ਕੌਰ ਜੀ ਅਤੇ ਸਮੂਹ ਪਰਿਵਾਰ ਵੱਲੋਂ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਗਰੀਬ ਨਿਵਾਜ, ਘਰ ਦੇ ਵਿੱਚ ਦੇਹ ਅਰੋਗਤਾ ਤੰਦਰੁਸਤੀ ਵਾਸਤੇ, ਕਾਰੋਬਾਰਾਂ ਦੇ ਵਾਧਿਆਂ ਵਾਸਤੇ ਗਰੀਬ ਨਿਵਾਜ, ਕਾਰੋਬਾਰ ਦੀਆਂ ਤਰੱਕੀਆਂ ਵਾਸਤੇ, ਘਰ ਦੀ ਖੁਸ਼ਹਾਲੀ ਵਾਸਤੇ, ਆਪ ਜੀ ਦੇ ਚਰਨਾਂ ਦਾ ਮੋਟਾ ਆਸਰਾ ਲੈਂਦੇ ਹਾਂ ਗਰੀਬ ਨਿਵਾਜ। ਅੱਜ ਤੋਂ 7 ਦਿਨ ਪਹਿਲਾਂ ਆਪ ਜੀ ਦੀ ਰੱਬੀ ਬਾਣੀ ਅਲਾਹੀ ਬਾਣੀ ਦੇ ਸ੍ਰੀ ਸੰਪੂਰਨ ਅਖੰਡ ਪਾਠ ਸਾਹਿਬ, ਇੱਕ ਸ੍ਰੀ ਜਪਜੀ ਸਾਹਿਬ ਦੇ ਸ੍ਰੀ ਸੰਪੂਰਨ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਨੂ ਅਰਪਣ ਸਾਲ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਧਨਾ ਸ੍ਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਆਪਣੇ ਕਉ ਸਾਸ ਪ੍ਰਦ ਪਾਲੇ ਪ੍ਰਭ ਸਮਲਾਗ ਮੇਰਾ ਚੀਤ ਵਾਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਵਿਲਾਸ ਪਹਿ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰਨਾ ਨਿਪੁਰਾ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਜੀ। ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਸੰਪਰਕ ਗਾ ਕੇ ਸ੍ਰੀ ਸੰਪੂਰਨ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਆਪ ਜੀ ਨੇ ਬੜੀ ਅਪਾਰ ਬਖਸ਼ੀ ਕਿਰਪਾ ਕੀਤੀ, ਨਿਰਵਿਘਨਤਾ ਸਾਹਿਬ ਪੂਰਨ ਸਮਾਪਤੀ ਹੋਈ ਹੈ। ਪਾਠੀ ਸਿੰਘਾਂ ਤੋਂ ਪਾਠ ਕਰਦਿਆਂ ਆਪਦੀ ਪਵਿੱਤਰ ਹਜ਼ੂਰੀ ਵਿੱਚ ਆਉਂਦਿਆਂ ਜਾਂਦਿਆਂ ਸੇਵਾ ਕਰਦਿਆਂ ਕਥਾ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਗਈਆਂ ਹੁਣ ਵੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸਮਤ ਬਖਸ਼ਣੀ, ਸਿੱਧੇ ਰਸਤੇ ਪਾਉਣਾ, ਅੱਗੇ ਤੋਂ ਸਮਤ ਬਖਸ਼ਣੀ, ਗਰੀਬ ਨਿਵਾਜ ਸਮਤ ਸਪਸ਼ਟ ਬਾਣੀ ਪੜ੍ਹਨ ਦੀ ਸਮਤ ਵੱਲ ਬੁੱਧੀ ਬਖਸ਼ੀ ਕਰਨੀ, ਗਰੀਬ ਨਿਵਾਜ ਪੜ੍ਹੀ ਸੁਣੀ ਬਾਣੀ ਦਾ ਫਲ ਮਹਾਰਥਮ ਸਮੂਹ ਟੱਕਰ ਪਰਿਵਾਰ ਨੂੰ ਬਖਸ਼ੀ ਕਰਨਾ ਜੀ। ਗੁਰਮੁਖ ਪਰਿਵਾਰ ਦੇ ਵਿਗੜੇ ਕਾਰਜ ਰਾਸ ਕਰਨੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾਂ ਕਰਨੀਆਂ ਗਰੀਬ ਨਿਵਾਜ, ਘਰ ਦੇ ਵਿੱਚ ਆਪਸ ਦੇ ਵਿੱਚ ਮੇਲ ਪਿਆਰ ਦਿਵਾਰ ਦੀ ਦਾਤ ਬਖਸ਼ੀ ਕਰਨੀ ਗਰੀਬ ਨਿਵਾਜ, ਦੁੱਖਾਂ ਦਲਿੱਦਰਾਂ ਵਿਗੜਾਂ ਦਾ ਨਾਸ ਕਰਨਾ, ਆਦੀਆਂ ਵਿਆਹੀਆਂ ਪਾਧੀਆਂ ਤੋਂ ਹੱਥ ਦੇ ਕੇ ਬਚਾਉਣਾ, ਦੁੱਖਾਂ ਦਾ ਨਾਸ ਕਰਨਾ, ਸੁੱਖਾਂ ਦਾ ਪ੍ਰਕਾਸ਼ ਕਰਨਾ ਗਰੀਬ ਨਿਵਾਜ। ਗੁਰਮੁਖ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ
ਇਸ ਵੇਲੇ ਸ੍ਰੀ ਸੰਤ ਅਖੰਡਪਾਲ ਸਾਹਿਬ ਜੀ ਦੇ ਭੋਗਾਂ ਨੂੰ ਮੁਖਰਾਂਦਾ ਹੋਇਆ ਸਭ ਤੋਂ ਪਹਿਲਾਂ ਆਪ ਜੀ ਨੂੰ ਸੁੰਦਰ ਪਹਿਚਾਕ ਰੁਮਾਲੇ ਪਹਿਨਾਏ ਹੋਏ ਹਨ ਆਪ ਜੀ ਨੂੰ ਅੰਗੀਕਾਰ ਕਰਨੇ ਸੇਖ ਪਰਿਵਾਰ ਦੇ ਲੋਕ ਦੇ ਪ੍ਰਯੋਗ ਦੇ ਵਿੱਚ ਪੜ੍ਹਦੇ ਭਜਣੇ ਗਰੀਬ ਨਿਵਾਜ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੇ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੇ ਦੇਗ ਦਾ ਥਾਲ ਸਜ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਆਸਣ 'ਤੇ ਹਾਜ਼ਰ ਹੈ ਅਨੇਕ ਪ੍ਰਕਾਰ ਭੋਜਨ ਬਹੁਤ ਕੀਏ ਬਹੁਤ ਬਿੰਦਲ ਮੁਸ਼ਕਾਏ ਕਰੀ ਪਿਆਗ ਸਾਲ ਸੋਚ ਪਵਿੱਤਰਾ ਹੁਣ ਲਾਭ ਨੂੰ ਭੋਗ ਹਰਾਏ ਆਪ ਜੀ ਕੋ ਭੋਗ ਲੱਗੇ ਸ਼ਹੀਦ ਪ੍ਰਸਾਦ ਸਿੰਘ ਸਾਧ ਸੰਗਤ ਕੋ ਮਿਲੇ ਕਲਾ ਆਪ ਜੀ ਕੀ ਵਰਤੇ ਨਾਮ ਚੇਤਾ ਵੇ ਸਰਬ ਸੁਖ ਹੋਵੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਗੁਰਮੁਖ ਪਰਿਵਾਰ 'ਤੇ ਫਿਰ ਵੀ ਕਿਰਪਾ ਕਰਨੀ ਖੁਸ਼ੀਆਂ ਦੇ ਨਾਲ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਚਰਨ ਪਾਉਣੇ ਭਾਗ ਲਾਉਣੇ ਗੁਰਮੁਖ ਪਰਿਵਾਰ ਨੂੰ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਬਖਸ਼ਦੇ ਰਹਿਣਾ ਗਰੀਬ ਨਿਵਾਜ ਇਸ ਵੇਲੇ ਆਪ ਜੀ ਕੇ ਹਜ਼ੂਰ ਆਰਤੀ ਕਰਦੇ ਜੀ ਕੀ ਅਰਦਾਸ ਅਖਰਵਾਲਾ ਘਾਟਾ ਪੁੱਛ ਮਾਫ ਕਰਨੀ ਸਮੂਹ ਸਾਧ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਮੂਹ ਸਾਧ ਸੰਗਤ ਦੀਆਂ ਦਰਸ਼ਨ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਗਰੀਬ ਨਿਵਾਜ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਭੇਟਾ ਹਾਜ਼ਰ ਹੈ ਆਪ ਜੀ ਨੇ ਦਰ ਪ੍ਰਵਾਨ ਕਰਨੀ ਖੁਸ਼ੀਆਂ ਬਖਸ਼ੀ ਕਰਨੀਆਂ ਜੀ ਜਿਸ ਭੰਡਾਰਿਆਂ ਦੇ ਵਿੱਚੋਂ ਖਜ਼ਾਨਿਆਂ ਦੇ ਵਿੱਚੋਂ ਆਏ ਖਜ਼ਾਨੇ ਭਰਪੂਰ ਕਰਨੇ ਕਾਲ ਕੰਡ ਦੂਰ ਕਰਨੇ ਸਹੀ ਪਿਆਰੇ ਮਿਹਰ ਜਿਹਨਾਂ ਮੇਰਾ ਤਰਾ ਪਵਿੱਤਰ ਨਾਮ ਚੇਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਰ ਪਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ to be
ميل بيا من
ਮੇਲ ਭਰਿਆ ਮਨ ਮੰਨਿਆ ਹਰ ਮੰਦਰ ਸੁਹਾਏ ਪੰਜ ਸਬਦ ਕੱਢਿਆ ਨਖੰਦ ਵਾਜੇ ਪੰਜ ਸਬਦ ਕੱਢਿਆ ਨਖੰਦ ਵਾਜੇ ਹਮ ਕਰ ਸਾਜਣਿਆ ਆਪਣੇ ਬਹੁਤ ਵੱਡੇ ਭਾਗ ਨੇ ਤੇ ਨਾਲ ਵੱਡੇ ਭਾਗ ਗੁਰਮੁਖ ਪਰਿਵਾਰ ਦੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਮਹਾਨ ਉਪਰਾਲਾ ਜਿਨ੍ਹਾਂ ਦੇ ਪ੍ਰਬਖਸ਼ਿਸ਼ ਕੀਤੀ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਗੁਰਮੁਖ ਪਰਿਵਾਰ ਨੇ ਜੋ ਕਿ ਕੁਝ ਦਿਨਾਂ ਤੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਦਰਸਾਈ ਹੋਈ ਮਰਿਆਦਾ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਟ ਅਖੰਡ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸੰਪਟ ਅਖੰਡ ਸਾਹਿਬ ਪ੍ਰਾਰੰਭ ਕਰਾਏ ਸਨ। ਸੋ ਜਿਨ੍ਹਾਂ ਦੀ ਇਸ ਵੇਲੇ ਨਿਰਵਿਘਨਤਾ ਇਸ ਵੇਲੇ ਸਮਾਪਤੀ ਹੋਈ ਹੈ, ਸੋ ਅਰਦਾਸ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਅੱਗੇ ਸਤਿਗੁਰ ਅੱਗੇ, ਕਿਉਂਕਿ ਸਤਿਸੰਗ ਜੀ ਇਹ ਪਰਿਵਾਰ ਜੋ ਕਿ ਮਹਾਂਪੁਰਸ਼ਾਂ ਤੋਂ ਵਰੋਸਾਇਆ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ, ਉਹਨਾਂ ਦੀ ਇਸ ਪਰਿਵਾਰ ਦੇ ਉੱਪਰ ਬੜੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ। ਸੋ ਬਖਸ਼ਿਆ ਹੋਇਆ ਪਰਿਵਾਰ ਹੈ। ਸੋ ਇਹੀ ਅਰਦਾਸ ਬੇਨਤੀ ਕਰਨੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਰੇ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆਸ ਰੱਖਣਾ, ਇਸੇ ਤਰ੍ਹਾਂ ਆਪ ਜੀ ਦਾ ਸ਼ੁਕਰਾਨਾ ਕਰਾਉਂਦੇ ਰਹਿਣ।
ਆਓ ਸਾਸਾਂ ਦੀ ਅਰਦਾਸ ਨਾਲ ਸਮਾਪਤੀ ਹੈ ਜੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲਖਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ Thank you.
ਪਾਕ ਦੁਨੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਪਰਵਾਰ ਸ਼ੁਕਰਾਨਾ ਕਰਦਿਆ ਮਾਲਕ ਜਿੰਨਾ ਤੂੰ ਸਾਨੂੰ ਬਖਸ਼ਿਸ਼ ਕੀਤਾ ਨਾ ਜਿੰਨਾ ਕੁਝ ਦਿੱਤਾ ਸੀ ਇਹਦੇ ਲਾਇਕ ਹੈ ਮਾਲਕ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਬਾਬਾ ਰਤਾ ਸਿੰਘ ਦੇ ਸਾਰੇ ਪਰਿਵਾਰ ਤੇ ਭਾਈ ਸਰਪੰਚ ਜੀ ਦੇ ਸਾਰੇ ਪਰਿਵਾਰ ਤੇ ਮਾਲਕ ਬਖਸ਼ਿਸ਼ ਕੀਤੀ ਹੈ ਜਿਹੜੀ ਸ਼ਰਧਾ ਨਾਲ ਪਿਆਰ ਨਾਲ ਮਾਲਕ ਦੇ ਦਰ ਦੀ ਸੇਵਾ ਕਰਦਾ ਹੈ ਮਾਲਕ ਉਹਨੂੰ ਬਖਸ਼ਿਸ਼ ਕਰਦਾ ਹੈ ਇਹ ਦਾਤਾਂ ਤਾਂ ਮਾਲਕ ਨੇ ਆਪਣੇ ਹੱਥ ਕੋਲ ਰੱਖੀਆਂ ਸੀ ਸਾਡੇ ਵਾਸਤੇ ਦੁੱਧ ਨਹੀਂ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਜਿਸ ਦੇ ਜਿਹਦੇ ਮਾਲਕ ਕਿਰਪਾ ਕਰਦਾ ਉਹਨੂੰ ਬਖਸ਼ਿਸ਼ ਕਰਦਾ ਹੈ ਉਹਨੂੰ ਇਹ ਦਾਤਾਂ ਬਖਸ਼ਿਸ਼ ਕਰਦਾ ਹੈ ਜਿਹਨਾਂ ਦੇ ਮਨ ਵਿੱਚ ਸ਼ਰਧਾ ਪਿਆਰ ਹੈ ਮਾਲਕ ਉਹਨਾਂ ਤੇ ਬਖਸ਼ਿਸ਼ ਕਰਦਾ ਹੈ ਸਤਿਗੁਰੂ ਨੇ ਸਾਨੂੰ ਤਿੰਨ ਜਿਹੜੇ ਅਸਾਂ ਪ੍ਰਿੰਸੀਪਲ ਅਸੂਲ ਬਖਸ਼ਿਸ਼ ਕੀਤੇ ਨੇ ਕਿਰਤ ਕਰਨੀ ਨਾਮ ਜਪਣਾ ਤੇ ਫਿਰ ਵੰਡ ਕੇ ਛਕਣਾ ਤਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਕਿਆ ਸੱਚੀ ਸੁੱਚੀ ਕਿਰਤ ਹੋ ਗਈ ਭਾਈ ਲਾਲੋ ਜੀ ਸੱਚੀ ਸੁੱਚੀ ਕਿਰਤ ਸੀ ਨਾ ਤੇ ਸਤਿਗੁਰੂ ਉਹਦੇ ਘਰ ਵਿੱਚ ਜਾ ਕੇ ਉਹਦਾ ਰੁੱਖਾ ਮਿੱਸਾ ਬਖਸ਼ਦਾ ਤੇ ਮਨ ਪਰ ਭਾਗਵਾ ਨੂੰ ਟਕਰਾ ਦਿੱਤਾ ਤਿੰਨ ਵਾਰੀ ਕਿਹਾ ਸਤਿਗੁਰ ਨਹੀਂ ਗਏ ਤੇ ਸਤਿਗੁਰ ਕਹਿਣ ਲੱਗੇ ਮਨ ਭਾਗੋ ਕਹਿਣ ਲੱਗਾ ਸੱਚੇ ਪਾਤਸ਼ਾਹ ਵੀ ਮੇਰਾ ਭੋਜਨ ਕਦੋਂ ਪ੍ਰਵਾਨ ਕਰੋਗੇ ਤੇ ਸਤਿਗੁਰ ਪਿਆਰ ਨਾਲ ਕਹਿਣ ਲੱਗੇ ਤੂੰ ਹੀ ਜਾਣਦਾ ਘਿਓ ਤੇ ਦੁੱਧ ਤੇਰਾ ਉਹ ਚਰਬੀ ਹੈ ਮਜ਼ਲੂਮਾਂ ਦੀ ਢਲੀ ਹੋਈ ਮਲਕਾ ਦੱਸ ਤੇਰੀ ਰੋਟੀ ਕੌਣ ਖਾਵੇ ਜਦ ਕੇ ਰੱਤ ਹੈ ਫਿਰ ਸੱਚੇ ਪਾਤਸ਼ਾਹ ਮੇਰਾ ਕਦੋਂ ਪ੍ਰਸ਼ਾਦਾ ਸ਼ਬਦਾਂ ਨੂੰ ਪ੍ਰਵਾਨ ਕਰੋਗੇ ਜਦੋਂ ਕਿਸੇ ਵਿਦੋਸੇ ਦੇ ਦਿਲ ਅੰਦਰ ਦਿਲ ਦਿਲ ਦਾ ਦਰਦ ਰਲਾਏਗਾ ਤੂੰ ਜਦੋਂ ਆਪਣੇ ਪੁੱਤਾਂ ਨੂੰ ਰੱਖ ਭੁੱਖੇ ਕਿਸੇ ਪੁੱਤੇ ਭੁੱਖੇ ਦੇ ਰੁਪੁੱਤ ਰਜਾਏਗਾ ਤੂੰ ਮਲਕਾ ਸੱਚ ਜਾਣੀ ਤੈਨੂੰ ਉਸ ਵੇਲੇ ਭਾਈ ਲਾਲੋ ਦੇ ਨਾਲ ਬਿਠਾ ਲਵਾਂਗਾ ਉਹ ਤੂੰ ਸੱਦੀ ਨਾ ਮੈਂ ਸੱਦਿਆ ਹੀ ਤੇਰਾ ਲਿਖਾ ਪੁੱਛਾ ਮੁਜਨ ਖਾ ਲਵਾਂਗਾ ਤੂੰ ਫਿਰ ਸੱਦਣਾ ਨਹੀਂ ਮੈਂ ਆਪੇ ਤੇਰੇ ਘਰ ਚੱਲ ਕੇ ਆ ਕੇ ਤੇਰਾ ਭੋਜਨ ਪਰਿਵਾਰ ਕਰ ਲਵਾਂ ਜਿਹਨੇ ਤੇ ਮਾਲ ਕਿਰਪਾ ਕਰਦਾ ਹੈ ਜਿਸ ਨੂੰ ਮਾਤਰਾਂ ਸੋ ਜਗ
ਮਿਹਰਬਾਨੀ ਕਰਦੇ ਹੋ ਸਤਿਗੁਰ ਨੇ ਬਹੁਤ ਬਖਸ਼ਿਸ਼ ਕੀਤੀ ਹੈ ਤਕਰੀਬਨ 35 ਸਾਲ ਤੋਂ ਦਾਸ ਜੀ ਇਹਨਾਂ ਬੱਚਿਆਂ ਦੇ ਨਾਲ ਕੀਰਤਨ ਕਰਦੇ ਭਾਈ ਸਾਹਿਬ ਭਾਈ ਦੀਪ ਸਿੰਘ ਦੀ ਡਿਊਟੀ ਲਾ ਕੇ ਕਿ ਇਹਨਾਂ ਬੱਚਿਆਂ ਦੇ ਨਾਲ ਰਲ ਕੇ ਤੁਸੀਂ ਕੀਰਤਨ ਦੀ ਸੇਵਾ ਨਿਭਾਉਣੀ ਹੈ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਤੁਹਾਡੀ ਸੇਵਾ ਵਿੱਚ ਰੱਖਣਗੇ ਪਿਆਰ ਸਤਿ ਬਾਬਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੱਡੇ ਭਾਗਾਂ ਦੀ ਨਿਸ਼ਾਨੀ ਹਜ਼ੂਰੀ ਰਾਗੀ ਜਥਾ ਮੁਕਤਸਰ ਸਾਹਿਬ ਤੋਂ ਉਹ ਵੀ ਹਾਜ਼ਰ ਹੋਏ ਗੁਆਂਢੀ ਸਾਡੇ ਦਰਮਿਆਨ ਪੁੱਜੇ ਨੇ ਭਾਈ ਸੁਖਿੰਦਰ ਸਿੰਘ ਜੀ ਹੁਣ ਮੈਂ ਬੇਨਤੀ ਕਰਾਂਗਾ ਕਿ ਇੱਕ ਸ਼ਬਦ ਪਹਿਲਾਂ ਵੀਰ ਅਮਰਪਾਲ ਸਿੰਘ ਪੜ੍ਹੇਗਾ ਉਪਰੰਤ ਰਣਵੀਰ ਜੀ ਆਪਣੀ ਹਾਜ਼ਰੀ ਨੂੰ ਪਾਉਣਗੇ ਆਓ ਸਰਵ ਕਰੀਏ ਕੀਰਤਨ ਗਾਈਏ ਫਿਰ ਕੀ ਮਿਲੇਗਾ ਬਹੁਲ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਆਓ ਗੁਰਬਾਣੀ ਕੀਰਤਨ ਜਾਰੀ ਨੇ ਇੱਕ ਸ਼ਬਦ ਦੀ ਹਾਜ਼ਰੀ ਵੀਰ ਜੀ ਪਾਸੋਂ ਪ੍ਰਵਾਨ ਮਾਰਾ ਜੀ
ਸਾਹਿਬ ਜੋੜੀ ਕਰ ਚੁੱਕਾ ਹੈ ਉਸ ਮਜਬੂਰੀ ਕਾਰਨ ਦਾਸ ਨੂੰ ਮੁਕਤਸਰ ਸਾਹਿਬ ਵਾਸ ਹੋਣਾ ਪਿਆ
ਸਤਾਸ ਪਰ ਕੀਰਤਨ ਕਰਦੇ ਹਾਂ ਦਾਸ ਪਰ ਕਈ ਅਨੇਕਾਂ ਪ੍ਰਕਾਰ ਦੀਆਂ ਪੁਰਨਾ ਕਰਦੇ ਹੋ ਜਦੋਂ ਸੇ ਗੁਰੂ ਸਾਹਿਬ ਸਾਹ ਸੰਗ ਬਖਸ਼ ਲੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸਾਡੇ ਦਰਬਾਰ ਹਜ਼ੂਰੀ ਰਾਗੀ ਜੱਥਾ ਪੁੱਜ ਚੁੱਕਾ ਹੈ ਮੈਂ ਨਿਮਰਤਾ ਸਾਹਿਬ ਜੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਸੰਤਨ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਦਰਬਾਰ ਸਾਹਿਬ ਹਜ਼ੂਰੀ ਰਾਗੀ ਜੱਥਾ ਉਹ ਆਪ ਜੀ ਦੀ ਸੇਵਾ ਵਿੱਚ ਇੱਕ ਘੰਟੇ ਦੀ ਹਾਜ਼ਰੀ ਲਗਾਉਣਗੇ ਆਓ ਗੁਰਬਾਣੀ ਕੀਰਤਨ ਵਿੱਚ ਆਪਣਾ ਮਨ ਜੋੜੀਏ ਜਿਸ ਤਰ੍ਹਾਂ ਆਪ ਨੇ ਅੱਗੇ ਵੀ ਸਹਿਯੋਗ ਦਿੱਤਾ ਹੈ ਸਾਰਾ ਹਫ਼ਤਾ ਸੰਗਤਾਂ ਸਵੇਰੇ ਸ਼ਾਮ ਕੀਰਤਨ ਵਿੱਚ ਹਾਜ਼ਰੀਆਂ ਭਰਦੀਆਂ ਰਹੀਆਂ ਨੇ ਆਓ ਜਿਹੜੀਆਂ ਸੰਗਤਾਂ ਬਾਹਰ ਅਜੇ ਸੁਣ ਰਹੀਆਂ ਨੇ ਉਹਨਾਂ ਦੀ ਸੇਵਾ ਵਿੱਚ ਵੀ ਬੇਨਤੀ ਹੈ ਕਿ ਆ ਕੇ ਗੁਰਬਾਣੀ ਕੀਰਤਨ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ